ਧਾਤਾਂ ਦਾ ਚੂਰਾ। ਧਾਤਾਂ ਅਜਿਹੇ ਗੈਰ ਜੈਵਿਕ ਪਦਾਰਥ ਹਨ ਜੋ ਸਭ ਖੁਰਾਕੀ ਪਦਾਰਥਾਂ ਅਤੇ ਸਰੀਰ ਦੇ ਤੰਤੂਆਂ ਵਿੱਚ ਮੌਜੂਦ ਹੁੰਦੇ ਹਨ, ਪਰ ਪਸ਼ੂ ਇਹਨਾਂ ਨੂੰ ਸਰੀਰ ਵਿੱਚ ਬਣਾ ਨਹੀਂ ਸਕਦੇ। ਸਰੀਰ ਵਿੱਚ ਇਹਨਾਂ ਦਾ ਪੱਧਰ ਪੂਰਾ ਰੱਖਣ ਲਈ ਖੁਰਾਕ ਹੀ ਇੱਕੋ ਇੱਕ ਜ਼ਰੀਆ ਹੈ। ਧਾਤਾਂ ਖੁਰਾਕ ਰਾਹੀਂ ਸਰੀਰ ਵਿੱਚ ਵੱਖ ਵੱਖ ਥਾਵਾਂ 'ਤੇ ਪਹੁੰਚ ਕੇ ਸਰੀਰ ਦਾ 3 ਤੋਂ 5% ਹਿੱਸਾ ਬਣਾਉਂਦੀਆਂ ਹਨ। ਧਾਤਾਂ ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਫੈਟ ਦੇ ਮੁਕਾਬਲੇ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀਆਂ ਹਨ। ਧਾਤਾਂ ਨਾ ਸਿਰਫ ਸਰੀਰਕ ਤੰਤੂ ਬਣਾਉਂਦੀਆਂ ਹਨ, ਸਗੋਂ ਹੱਡੀਆਂ, ਮਾਸਪੇਸ਼ੀਆਂ ਅਤੇ ਸਰੀਰ ਦੀਆਂ ਰਸਾਇਣਕ ਕਿਰਿਆਵਾਂ ਦਾ ਵੀ ਹਿੱਸਾ ਹੁੰਦੀਆਂ ਹਨ। ਇਹ ਪਸ਼ੂ ਦੀ ਸਰੀਰਕ ਸਾਂਭ ਸੰਭਾਲ, ਪ੍ਰਜਨਨ ਅਤੇ ਦੁੱਧ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਲਈ ਜ਼ਰੂਰੀ ਹੁੰਦੀਆਂ ਹਨ। ਕਿਹੜੀ ਧਾਤ ਕਿੰਨੀ ਮਾਤਰਾ ਵਿੱਚ ਚਾਹੀਦੀ ਹੈ ਦੇ ਆਧਾਰ 'ਤੇ ਧਾਤਾਂ ਨੂੰ 2 ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਮੁੱਖ ਧਾਤਾਂ ਪਸ਼ੂਆਂ ਨੂੰ 7 ਧਾਤਾਂ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਸੋਡੀਅਮ, ਕਲੋਰੀਨ, ਪੋਟਾਸ਼ੀਅਮ ਅਤੇ ਗੰਧਕ ਵਧੇਰੇ ਮਾਤਰਾ ਵਿੱਚ ਲੋੜੀਂਦੀਆਂ ਹਨ। ਲਘੂ ਧਾਤਾਂ ਵਿੱਚ ਪਸ਼ੂਆਂ ਨੂੰ 9 ਧਾਤਾਂ ਕਾਪਰ, ਕੋਬਾਲਟ, ਜ਼ਿੰਕ, ਮੈਗਨੀਜ਼, ਲੋਹਾ, ਆਇਓਡੀਨ, ਸੈਲੀਨੀਅਮ, ਮੈਲੀਬਿਡੀਨਮ ਅਤੇ ਕ੍ਰੋਮੀਅਮ ਘੱਟ ਮਾਤਰਾ ਵਿੱਚ ਲੋੜੀਂਦੀਆਂ ਹਨ। ਆਮ ਖੁਰਾਕੀ ਪਦਾਰਥਾਂ ਵਿੱਚ ਧਾਤਾਂ ਵੱਖ ਵੱਖ ਮਾਤਰਾ ਵਿੱਚ ਹੁੰਦੀਆਂ ਹਨ, ਜਿਵੇਂ ਕਿ ਗੈਰ ਫਲੀਦਾਰ ਚਾਰਿਆਂ ਵਿੱਚ ਮੈਗਨੀਜ਼ ਅਤੇ ਕੈਲਸ਼ੀਅਮ, ਫਲੀਦਾਰ ਚਾਰਿਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਕਾਪਰ, ਜ਼ਿੰਕ ਅਤੇ ਲੋਹਾ, ਤੂੜੀ ਪਰਾਲੀ ਆਦਿ ਵਿੱਚ ਸੋਡੀਅਮ, ਪੋਟਾਸ਼ੀਅਮ, ਮੈਗਨੀਜ਼ ਅਤੇ ਲੋਹਾ, ਜਾਂ ਦਾਣੇ ਖਾਲਾਂ ਵਿੱਚ ਫਾਸਫੋਰਸ। ਪਰ ਇੰਨੀ ਮਾਤਰਾ ਵਿੱਚ ਅਤੇ ਸਭ ਨਹੀਂ ਹੁੰਦੀਆਂ ਕਿ ਪਸ਼ੂਆਂ ਦੀਆਂ ਸਰੀਰਕ ਅਤੇ ਉਤਪਾਦਨ ਲੋੜਾਂ ਪੂਰੀਆਂ ਹੋ ਸਕਣ। ਇਸ ਲਈ ਵੱਖ ਵੱਖ ਧਾਤਾਂ ਇੱਕ ਖਾਸ ਅਨੁਪਾਤ ਵਿੱਚ ਮਿਲਾਈਆਂ ਜਾਂਦੀਆਂ ਹਨ, ਜਿਸ ਨੂੰ ਧਾਤਾਂ ਦਾ ਚੂਰਾ ਜਾਂ ਮਿਸ਼ਰਣ ਕਹਿੰਦੇ ਹਨ। ਬਿਊਰੋ ਆਫ ਇੰਡੀਅਨ ਸਟੈਂਡਰਡ BIS 2 ਪ੍ਰਕਾਰ ਦੇ ਧਾਤਾਂ ਦੇ ਚੂਰੇ ਦੀ ਸਿਫਾਰਸ਼ ਕਰਦਾ ਹੈ, ਜਿਨ੍ਹਾਂ ਵਿੱਚ ਜ਼ਰੂਰੀ ਖਣਿਜ ਪਦਾਰਥਾਂ ਦੀ ਮਾਤਰਾ ਅੱਗੇ ਦਿੱਤੇ ਅਨੁਸਾਰ ਹੈ। ਧਾਤਾਂ ਦੇ ਚੂਰੇ ਵਿੱਚ ਸਿਫਾਰਿਸ਼ ਕੀਤੀਆਂ ਧਾਤਾਂ ਦੀ ਪੂਰਤੀ ਸੰਬੰਧੀ ਖਣਿਜ ਲੂਣਾਂ ਜਿਵੇਂ ਕਿ ਡਾਈਕੈਲਸ਼ੀਅਮ ਫਾਸਫੇਟ, ਮੈਗਨੀਸ਼ੀਅਮ ਸਲਫੇਟ, ਮੈਗਨੀਸ਼ੀਅਮ ਆਕਸਾਈਡ, ਫੈਰਸ ਸਲਫੇਟ, ਜ਼ਿੰਕ ਸਲਫੇਟ, ਕਾਪਰ ਸਲਫੇਟ, ਮੈਗਨੀਜ਼ ਸਲਫੇਟ, ਕੋਬਾਲਟ ਸਲਫੇਟ, ਪੋਟਾਸ਼ੀਅਮ ਆਇਓਡਾਈਟ, ਸੋਡੀਅਮ ਥਾਇਓਸਲਫੇਟ ਅਤੇ ਲਾਈਮਸਟੋਨ ਪਾਊਡਰ ਦੁਆਰਾ ਕੀਤੀ ਜਾਂਦੀ ਹੈ। ਧਾਤਾਂ ਦਾ ਚੂਰਾ ਬਣਾਉਣ ਲਈ ਖਣਿਜ ਲੂਣ ਲੋੜੀਂਦੀ ਮਾਤਰਾ ਵਿੱਚ ਤੋਲੋ ਅਤੇ ਸਭ ਤੋਂ ਪਹਿਲਾਂ ਡਾਈਕੈਲਸ਼ੀਅਮ ਫਾਸਫੇਟ ਮਿਕਸਚਰ ਵਿੱਚ ਪਾਓ। ਇਸ ਉਪਰੰਤ ਮੈਗਨੀਸ਼ੀਅਮ ਸਲਫੇਟ, ਮੈਗਨੀਸ਼ੀਅਮ ਆਕਸਾਈਡ, ਫੈਰਸ ਸਲਫੇਟ, ਜ਼ਿੰਕ ਸਲਫੇਟ, ਕਾਪਰ ਸਲਫੇਟ, ਮੈਗਨੀਜ਼ ਸਲਫੇਟ, ਕੋਬਾਲਟ ਸਲਫੇਟ, ਪੋਟਾਸ਼ੀਅਮ ਆਇਓਡਾਈਟ, ਸੋਡੀਅਮ ਥਾਇਓਸਲਫੇਟ ਦਾ ਮਿਸ਼ਰਣ ਪਾਓ ਅਤੇ ਅੰਤ ਵਿੱਚ ਲਾਈਮਸਟੋਨ ਪਾਊਡਰ ਮਿਲਾਉਣ ਉਪਰੰਤ 10 ਮਿੰਟ ਤੱਕ ਇਸ ਨੂੰ ਮਿਲਾਓ ਤਾਂ ਜੋ ਮਿਸ਼ਰਣ ਤਿਆਰ ਹੋ ਜਾਵੇ। ਅਜਿਹਾ ਤਿਆਰ ਹੋਇਆ ਧਾਤਾਂ ਦਾ ਚੂਰਾ ਉਚੇਚੇ ਤੌਰ 'ਤੇ ਤਿਆਰ ਕੀਤੇ ਗਏ ਬੈਗ ਜਾਂ ਮੋਮ ਜਾਂ ਮੇਰੇ ਲਿਫਾਫਿਆਂ ਵਿੱਚ ਵਰਤਣ ਲਈ ਸਾਂਭ ਲਵੋ। ਧਾਤਾਂ ਦੇ ਚੂਰੇ ਦੀ ਵਰਤੋਂ 2 ਕਿਲੋ ਧਾਤਾਂ ਦਾ ਚੂਰਾ ਪ੍ਰਤੀ ਕੁਇੰਟਲ ਵੰਡ ਵਿੱਚ ਮਿਲਾਉਣਾ ਚਾਹੀਦਾ ਹੈ, ਜਾਂ ਰੋਜ਼ਾਨਾ ਪ੍ਰਤੀ ਪਸ਼ੂ ਵੱਧ ਰਹੇ ਕਟੜੂ ਵਛੜੂ ਵਾਸਤੇ 20 ਤੋਂ 30 ਗ੍ਰਾਮ, 5 ਤੋਂ 7 ਕਿਲੋਗ੍ਰਾਮ ਦੁੱਧ ਦੇ ਰਹੇ ਲਵੇਰੇ ਲਈ 50 ਗ੍ਰਾਮ, 7 ਤੋਂ 10 ਕਿਲੋਗ੍ਰਾਮ ਦੁੱਧ ਦੇ ਰਹੇ ਲਵੇਰੇ ਲਈ 60 ਗ੍ਰਾਮ, 11 ਤੋਂ 20 ਕਿਲੋਗ੍ਰਾਮ ਦੁੱਧ ਦੇ ਰਹੇ ਲਵੇਰੇ ਲਈ 80 ਗ੍ਰਾਮ ਅਤੇ ਨਸਲਕਸ਼ੀ ਵਾਲੇ ਸਾਨ ਜਾਂ ਝੋਟੇ ਵਾਸਤੇ 75 ਗ੍ਰਾਮ ਅਨੁਸਾਰ ਵਰਤੋ। ਧਾਤਾਂ ਦੇ ਚੂਰੇ ਦੇ ਬਹੁਤ ਲਾਭ ਹਨ। ਇਹ ਪਾਚਨ ਸ਼ਕਤੀ ਵੀ ਵਧਾਉਂਦਾ ਹੈ, ਦੁੱਧ ਦੇਣ ਦੀ ਸਮਰੱਥਾ ਵਿੱਚ ਸੁਧਾਰ ਕਰਦਾ ਹੈ, ਛੋਟੇ ਕਟਣਾ ਵਛਣਾਂ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ, ਲਵੇਰਾ ਸੂਆ ਨਹੀਂ ਪਾਉਂਦਾ, ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ, ਪਸ਼ੂ ਹਰਵਰਿਆਏ ਰਹਿੰਦੇ ਹਨ